ਤੇ ਮੰਦਭਾਗੀ ਘਟਨਾ ਇਸ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਹੈ। ਜੰਡਿਆਲਾ ਪਿੰਡ, ਮੈਂ ਸਮਝਦਾ ਇਸ ਜ਼ਿਲ੍ਹੇ ਦੇ ਜਿਹੜੇ ਵੱਡੇ ਪਿੰਡ ਉਹਨਾਂ ਦੇ ਵਿੱਚ, ਜਲੰਧਰ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਹੈ ਤੇ ਗੁਰਦੁਆਰਾ ਸ੍ਰੀ ਬਾਬਾ ਸਿੱਧ ਜੀ। ਸੋ ਇੱਥੇ ਇੱਕ ਬੜੀ ਹੀ ਘਿਨਾਉਣੀ, ਮੈਂ ਸਮਝਦਾ ਅੱਤ ਦਰਜੇ ਦੀ ਘਿਨਾਉਣੀ ਘਟਨਾ ਵਾਪਰੀ 28 ਜੁਲਾਈ ਨੂੰ। ਇੱਕ ਇੱਥੇ ਪ੍ਰਵਾਸੀਆਂ ਦਾ ਬੱਚਾ, ਵੇਖੋ ਫਿਰ ਪ੍ਰਵਾਸੀਆਂ ਦੇ ਬੱਚਿਆਂ ਨੂੰ ਵਰਤਿਆ ਜਾਂਦਾ। ਮੈਂ ਅੱਗੇ ਵੀ ਇਹ ਗੱਲ ਕਈ ਵਾਰੀ ਕਰ ਚੁੱਕਾ, ਪ੍ਰਵਾਸੀਆਂ ਦੇ ਬੱਚੇ ਜਾਂ ਨੇਮ ਪਾਗਲ ਉਹਨਾਂ ਨੂੰ ਪਲੇਸ ਆਊਟ ਕਰਕੇ ਉਹਨਾਂ ਨੂੰ ਵਰਤਦੇ ਨੇ, ਇੱਥੇ ਉਹਨੂੰ ਵਰਤਿਆ ਗਿਆ। ਮਹਾਰਾਜ ਤੋਂ ਮਾਫੀ ਮੰਗਦੇ ਹੋਏ ਮੈਂ ਅਗਲੀ ਗੱਲ ਕਹਿਣ ਲੱਗਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਮਹਾਰਾਜ ਦੇ ਪ੍ਰਕਾਸ਼ ਅਸਥਾਨ ਦੇ ਨਾਲ ਬਿਲਕੁਲ ਉਹਨੇ ਪਿਸ਼ਾਬ ਕੀਤਾ ਤੇ ਫਿਰ ਬੜਾ ਬੇਖੌਫ, ਵੀਡੀਓ ਤੁਸੀਂ ਦੇਖ ਹੀ ਰਹੇ ਹੋਗੇ ਨਾਲ, ਬੜਾ ਬੇਖੌਫ ਹੋ ਕੇ ਉਹ ਉੱਥੇ 5-7 ਮਿੰਟ ਜਿਹੜਾ ਉਹ ਉੱਥੇ ਬੜੇ ਆਰਾਮ ਨਾਲ ਉਹ ਸਾਰਾ ਕੁਝ ਕਰਦਾ ਰਿਹਾ। ਉਹਨਾਂ ਹੀ ਗੰਦੇ ਮਲੀਨ ਗੰਦੇ ਹੱਥਾਂ ਦੇ ਨਾਲ ਮਹਾਰਾਜ ਦੇ ਅੰਗ ਉਹਨੇ ਛੋਏ ਨੇ। ਇੱਥੋਂ ਤੱਕ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਉਸ ਵੇਲੇ ਫੁੱਲੀਆਂ ਦਾ ਪ੍ਰਸ਼ਾਦ ਪਿਆ ਸੀ ਉਹਦੇ 'ਚ ਇੱਕ ਹਿੱਟ ਜਿਹੜੀ ਇੱਥੇ ਰੱਖੀ ਸੀ ਮੱਛਰਾਂ ਵਾਸਤੇ, ਉਹ ਵੀ ਉਹਨੇ ਸਪਰੇਅ ਕੀਤੀ। ਤੇ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਜਿਹੜਾ ਰਵੱਈਆ ਉਹ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਸਾਹਮਣੇ ਆਇਆ। ਉਦਣ ਦਾ ਜਿਹੜਾ ਜਿੱਥੇ ਉਹਨਾਂ ਨੇ ਮਾਮਲਾ ਦਬਾਇਆ ਸੀ ਉਹ ਬੱਚੇ ਨੂੰ ਵੀ ਭਜਾ ਦਿੱਤਾ ਹੋਇਆ ਪਿੰਡ ਤੋਂ, ਤੇ ਅੱਜ ਵੀ ਇੱਥੇ ਸਾਰੇ ਸਿੰਘ ਸਵੇਰ ਤੋਂ ਆਏ ਬੈਠੇ ਸੀ 11 ਵਜੇ ਤੋਂ ਲੈ ਕੇ ਹੁਣ ਰਾਤ ਦੇ 8 ਵਜ ਚੁੱਕੇ ਨੇ, ਕਮੇਟੀ ਦਾ ਕੋਈ ਵੀ ਮੈਂਬਰ ਸਾਹਮਣੇ ਨਹੀਂ ਆਇਆ। ਸੋ ਇਹ ਅੱਤ ਦਰਜੇ ਦੀ ਗੈਰ ਜ਼ਿੰਮੇਵਾਰਾਨਾ ਹਰਕਤ ਜਿਹੜੀ ਹੈ ਇਸ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਹੋਈ ਹੈ। ਸੋ ਅੱਜ ਬੜੇ ਹੀ ਭਾਰੀ ਮਨ ਦੇ ਨਾਲ, ਸੋ ਜਿਹੜੇ ਸਟਿੱਕਰ ਅਸੀਂ ਤਿਆਰ ਕਰਵਾ ਰਹੇ ਸੀ ਉਹ ਵੀ ਹੁਣ ਅਗਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸਾਰੇ ਸਿੰਘ ਇਕੱਠੇ ਹੋਏ ਨੇ। ਸੋ ਪ੍ਰਬੰਧਕਾਂ ਨੂੰ ਬੇਨਤੀ ਆ, ਭਾਈ ਇਹ ਕੋਈ ਚੌਧਰ ਚਮਕਾਉਣ ਦਾ ਵੇਲਾ ਨਹੀਂ, ਜੇ ਸੇਵਾ ਕਰ ਸਕਦੇ ਹੋ ਤੇ ਕਰੋ, ਨਹੀਂ ਕਰ ਸਕਦੇ ਤੇ ਯੋਗ ਬੰਦਿਆਂ ਨੂੰ ਅੱਗੇ ਆਉਣ ਦਿਓ। ਇੱਥੇ ਵੀ ਹੁਣ ਜਿਹੜਾ ਫੈਸਲਾ ਲਿਆ ਗਿਆ ਉਹ ਸੰਗਤ ਜੀ ਆਪ ਜੀ ਦੇ ਸਾਹਮਣੇ ਸਿੰਘ। ਸਤਿ ਸ੍ਰੀ ਅਕਾਲ ਦੋਸਤੋ, ਬਹੁਤ ਹੀ ਨਿਰਾਸ਼ਾਜਨਕ ਤੁਹਾਡੇ ਨਾਲ ਅਪਡੇਟ ਸ਼ੇਅਰ ਕਰਨ ਲੱਗੇ ਹਾਂ ਤੇ ਉੱਥੇ ਹੀ ਬਹੁਤ ਹੀ ਬੁਰੀ ਖਬਰ ਇਹ ਵੀ ਹੈ ਕਿ ਲਗਭਗ ਅੱਜ ਦੇ ਸਮੇਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀਆਂ ਜੋ ਕਰਤੂਤਾਂ ਨੇ ਇਸ ਕਦਰ ਤੱਕ ਗਿਰ ਚੁੱਕੀਆਂ ਨੇ, ਇਸ ਕਦਰ ਤੱਕ ਵੱਧ ਚੁੱਕੀਆਂ ਨੇ ਕਿ ਸਾਨੂੰ ਵੀ ਲਗਭਗ 4-5 ਦਿਨ ਹੋ ਗਏ ਨੇ ਤੁਹਾਡੇ ਤੱਕ ਕੋਈ ਨਾ ਕੋਈ ਇਸ ਤਰ੍ਹਾਂ ਦੀ ਖਬਰ ਆਉਂਦੀ ਹੈ ਜਿਸ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੇ ਕੋਈ ਨਾ ਕੋਈ ਪੰਜਾਬ ਦੇ ਵਿੱਚ ਅਜਿਹਾ ਗਲਤ ਕੀਤਾ ਹੁੰਦਾ, ਅਜਿਹੀ ਘਟੀਆ ਹਰਕਤ ਕੀਤੀ ਹੁੰਦੀ ਹੈ ਤੇ ਉੱਥੇ ਹੀ ਹੁਣ ਪ੍ਰਵਾਸੀ ਮਜ਼ਦੂਰਾਂ ਨੇ ਤਾਂ ਹੱਦ ਹੀ ਕਰ ਦਿੱਤੀ ਹੈ, ਜਿੱਥੇ ਪ੍ਰਵਾਸੀ ਮਜ਼ਦੂਰ ਦੇ ਇੱਕ ਬੱਚੇ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪਿਸ਼ਾਬ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਹੀ ਗੰਦੇ ਹੱਥਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਛੋਇਆ ਗਿਆ ਅਤੇ ਉੱਥੇ ਜੋ ਪ੍ਰਸ਼ਾਦ ਮੌਜੂਦ ਸੀ ਉਸ ਦੇ ਉੱਪਰ ਵੀ ਹਿੱਟ ਜੋ ਇੱਕ ਕੀਟਨਾਸ਼ਕ ਹੈ ਉਹ ਛਿੜਕਿਆ ਗਿਆ ਤੇ ਹੋਰ ਵੀ ਕਾਫੀ ਜਿਹਾ ਕੁਝ ਕੀਤਾ ਗਿਆ ਤੇ ਜਿਵੇਂ ਕਿ ਪਹਿਲਾਂ ਵੀ ਦੇਖਿਆ ਗਿਆ ਕਿ ਕੁਝ ਪੰਜਾਬ ਦੇ ਲੋਕ ਹੀ ਉਹਨਾਂ ਨੂੰ ਬਚਾਉਣ ਲੱਗ ਜਾਂਦੇ ਨੇ, ਫਿਰ ਚਾਹੇ ਕਮੈਂਟਾਂ ਦੀ ਗੱਲ ਹੋਵੇ ਜਾਂ ਫਿਰ ਹਕੀਕਤ ਦੀ। ਤੇ ਅਜਿਹੀ ਗੱਲ ਇੱਥੇ ਵੀ ਹੋਈ ਜਿੱਥੇ ਕਿ ਜੰਡਿਆਲਾ ਪਿੰਡ ਦੀ ਜੋ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਹੈ ਉਹਨਾਂ ਵੱਲੋਂ ਇਸ ਬੱਚੇ ਨੂੰ ਪ੍ਰਵਾਸੀ ਮਜ਼ਦੂਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਜਦਕਿ ਹੁਣ ਇਹਨਾਂ ਦੀ ਸਾਰੀ ਕਰਤੂਤ ਨਸ਼ਰ ਹੋ ਚੁੱਕੀ ਹੈ। ਕੀ ਤੁਹਾਨੂੰ ਲੱਗਦਾ ਹੈ ਅਜਿਹੇ ਲੋਕਾਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਫਿਰ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਕਮੈਂਟਾਂ ਦੇ ਵਿੱਚ ਯੈਸ ਜਾਂ ਨੋ ਸਖ਼ਤ ਕਾਰਵਾਈ ਬਾਰੇ ਜ਼ਰੂਰ ਲਿਖਣਾ। ਆਓ ਦੇਖੋ ਇਸ ਮੌਕੇ ਅਕਾਲੀ ਭਾਈ ਪਰਮਜੀਤ ਸਿੰਘ ਅਕਾਲੀ ਨੇ ਕੀ ਕਿਹਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਲਾਈਵ ਪਹਿਲਾਂ ਕੀਤਾ ਸੀਗਾ ਪਰ ਨੈਟਵਰਕ ਦੀ ਕੋਈ ਪ੍ਰੋਬਲਮ ਹੋਣ ਕਰਕੇ ਉਹ ਅਪਲੋਡ ਨਹੀਂ ਹੋਇਆ, ਡਿਲੀਟ ਹੋ ਗਿਆ।
ਵਿਸ਼ਾ ਮੇਰਾ ਇਹ ਹੈਗਾ ਵਾ ਵੀ ਆਪਾਂ ਜਿਹੜੀ ਗੱਲ ਕਰਨੀ ਆ, ਮੈਂ ਕਿਉਂਕਿ ਕੁਛ ਮਜਬੂਰੀ ਸੀ ਪਰਿਵਾਰਕ, ਉਹਦੇ ਕਰਕੇ ਮੈਂ ਉੱਥੇ ਪਹੁੰਚ ਨਹੀਂ ਸਕਿਆ, ਉਹਦੀ ਮਾਫ਼ੀ ਮੰਗਦਾ। ਸਿੰਘ ਚਲੋ ਸਾਡੇ ਗਏ ਸੀਗੇ, ਜੋ ਲੰਘੇ ਦਿਨੀ ਜੰਡਿਆਲਾ ਜਲੰਧਰ ਦੇ ਨੇੜੇ ਇੱਕ ਜਗ੍ਹਾ ਪਿੰਡ ਦੇ ਵਿੱਚ ਪ੍ਰਵਾਸੀ ਬੱਚੇ ਵੱਲੋਂ ਬੇਅਦਬੀ ਕੀਤੀ ਗਈ। ਬੇਅਦਬੀ ਜਿਸ ਬੱਚੇ ਵੱਲੋਂ ਕੀਤੀ ਗਈ, ਉਸ ਬੱਚੇ ਦੇ ਉੱਤੇ ਜਾਂ ਉਹਨੂੰ ਕਿੰਨੇ ਭੇਜਿਆ ਇਹ ਪਤਾ ਕਰਨ ਦੀ ਥਾਂ ਦੇ ਉੱਤੇ ਉੱਥੋਂ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਉਸ ਮਸਲੇ ਨੂੰ ਜਿਹੜਾ ਵਾ ਉਹ ਦਬਾ ਲਿਆ ਜਾਂਦਾ ਵਾ, ਉਸ ਮਸਲੇ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਅਤੇ ਉਹਨੂੰ ਮਸਲੇ ਨੂੰ ਲੁਕਾ ਕੇ ਅਤੇ ਠੰਡੇ ਬਸਤੇ 'ਚ ਪਾ ਦਿੱਤਾ ਜਾਂਦਾ। ਪਰ ਰੋ ਵਿਚਾਰ ਗੁਰੂ ਸਾਹਿਬ ਦੀ ਚਲੋ ਖੇਡ ਆ ਕਿ ਮਹਾਰਾਜ ਦੀ ਜੋ ਉਹਨਾਂ ਦਾ ਹੁਕਮ ਆ ਕਿ ਉਹ ਜਿਹੜੀ ਘਟਨਾ ਉਹ ਸੰਗਤ ਦੇ ਸਾਹਮਣੇ ਆ ਜਾਂਦੀ ਆ। ਸਾਹਮਣੇ ਆਉਣ ਤੋਂ ਬਾਅਦ ਉੱਥੇ ਸਿੰਘ ਜਿਹੜੇ ਨੇ ਉਹ ਜਥੇਬੰਦੀਆਂ ਜਾਂਦੀਆਂ ਨੇ, ਸਾਰੀ ਜਾਂਚ ਪੜਤਾਲ ਕਰਦੀਆਂ ਨੇ। ਵੀਡੀਓ ਆਪਾਂ ਦੇਖੀ ਨੈੱਟ ਦੇ ਉੱਤੇ ਵੀ ਕਿਵੇਂ ਉਹ ਪ੍ਰਵਾਸੀ ਬੱਚਾ ਦਰਬਾਰ ਦੇ ਵਿੱਚ ਮਹਾਰਾਜ ਦੇ ਹਜ਼ੂਰੀ 'ਚ ਪਿਸ਼ਾਬ ਕਰਦਾ, ਫਿਰ ਮਹਾਰਾਜ ਦੇ ਅੰਗਾਂ ਨੂੰ ਰੁਮਾਲਾ ਸਾਹਿਬ ਲਾ ਕੇ ਥੱਲਦਾ, ਸ਼ਾਇਦ ਕੋਈ ਅੰਗ ਖੰਡਿਤ ਵੀ ਕੀਤੇ ਹੋਣਗੇ, ਮੈਨੂੰ ਇਹਦੇ ਬਾਰੇ ਤਾਂ ਨਹੀਂ ਪਤਾ। ਪਰ ਉਹ ਬੇਅਦਬੀ ਉਹ ਕਰ ਦਿੱਤੀ, ਇੱਕ ਇਸ ਤੋਂ ਵੱਡੀ ਕੋਈ ਬੇਅਦਬੀ ਤਾਂ ਮੈਨੂੰ ਲੱਗਦਾ ਵੀ ਹੋਰ ਕਿਹੜੀ ਹੋਊਗੀ ਵੀ ਉਹਨੇ ਗੁਰੂ ਘਰ ਦੇ ਵਿੱਚ ਮਹਾਰਾਜ ਦੀ ਹਜ਼ੂਰੀ 'ਚ ਬਾਥਰੂਮ ਕੀਤਾ ਅਤੇ ਉਹਨਾਂ ਹੱਥਾਂ ਨਾਲ ਹੀ, ਅਤੇ ਉਹ ਜਿਵੇਂ ਉਹ ਆਇਆ ਸੀ ਬਾਹਰੋਂ। ਹੁਣ ਗੱਲ ਇੱਥੇ ਇਹ ਸੀ ਵੀ ਜਦੋਂ ਇਹ ਘਟਨਾ ਹੁੰਦੀ ਆ ਅਤੇ ਉੱਥੋਂ ਦੀ ਪ੍ਰਬੰਧਕ ਕਮੇਟੀ ਨੂੰ ਪਤਾ ਲੱਗਦਾ, ਗ੍ਰੰਥੀ ਸਿੰਘ ਨੂੰ ਪਤਾ ਲੱਗਦਾ ਜਿਹੜਾ ਗ੍ਰੰਥੀ ਡਿਊਟੀ ਕਰਦਾ ਸਿੰਘ ਉੱਥੇ, ਉਹ ਇਸ ਘਟਨਾ ਨੂੰ ਉਹਦੀ ਜਾਂਚ ਕਰਨ ਦੀ ਜਗ੍ਹਾ ਦੇ ਉੱਤੇ ਵੀ ਇਹ ਕਿਉਂ ਹੋਇਆ, ਕਿੰਨੇ ਭੇਜਿਆ, ਕੀ ਕੀਤਾ, ਉਸ ਘਟਨਾ ਨੂੰ ਦਬਾ ਲੈਂਦੇ ਨੇ, ਲੁਕਾ ਲੈਂਦੇ ਨੇ, ਕਿਸੇ ਸੰਗਤ ਦੇ ਸਾਹਮਣੇ ਪ੍ਰਸ਼ਾਸਨ ਸਾਹਮਣੇ ਨਹੀਂ ਆਉਣ ਦਿੰਦੇ। ਪਰ ਚਲੋ ਖੇਡ ਵਾਪਰਦੀ ਆ ਅਤੇ ਉਹ ਘਟਨਾ ਸਾਹਮਣੇ ਆ ਜਾਂਦੀ। ਹੁਣ ਤਾਂ ਮੈਨੂੰ ਅੱਜ ਪਤਾ ਲੱਗਾ ਭਾਈ ਦਵਿੰਦਰ ਸਿੰਘ ਹੁਣਾਂ ਨੇ, ਸਾਰੇ ਸਰਕਾਰ ਕਮੇਟੀ ਵਾਲੇ ਸਿੰਘ ਗਏ ਸੀ, ਉਹਨਾਂ ਨੇ ਜਿਹੜਾ ਵਾ ਉਹ ਉਹਨਾਂ ਕਮੇਟੀ ਦੇ ਉੱਤੇ ਗ੍ਰੰਥੀ 'ਤੇ ਜਿਹੜਾ ਪਰਚਾ ਕਰਾ ਤਾ ਧਾਰਮਿਕ ਭਾਵਨਾਵਾਂ ਦਾ 295 ਦਾ, ਜਿਹੜੀ ਤੁਹਾਨੂੰ ਵੀ ਪਤਾ ਵੀ ਨਾਰਮਲ ਧਾਰਾ ਇੱਕ, ਚਲੋ ਇਹ ਤਾਂ ਇਹਨਾਂ ਦੇ ਤਾਂ ਕਰਾ ਤਾ ਜਿਹੜੇ ਹੁਣ ਤੋਂ ਪਹਿਲਾਂ ਬੇਅਦਬੀ ਦੇ ਦੋਸ਼ੀ ਵੱਡੇ ਵੱਡੇ ਫੜੇ ਵੀ ਗਏ ਨੇ, ਭਾਵੇਂ ਉਹ ਸਰਸੇ ਵਾਲੇ ਦੇ ਬੰਦੇ ਹੋਣ, ਦੂਜੇ ਤੀਜੇ ਹੋਣ, ਉਹਨਾਂ ਵਾਸਤੇ ਵੀ ਉਹ ਨੋਰਮਲ ਧਾਰਾ 295 ਦੀ ਇੱਕ ਲਾ ਕੇ ਅਤੇ ਉਹ ਕੀਤਾ ਜਾਂਦਾ, ਜਿਹਦਾ ਕਿ ਬਹੁਤ ਜਲਦੀ ਜਿਹੜੀ ਉਹ ਧਾਰਾ ਦੀ ਜ਼ਮਾਨਤ ਹੋ ਜਾਂਦੀ ਹੈ, ਕੋਈ ਐਡੀ ਸਖਤ ਨਹੀਂ ਹੈਗੀ, ਇਸ ਕਰਕੇ ਕੋਈ ਡਰ ਵੀ ਲੋਕਾਂ ਦੇ ਮਨਾਂ 'ਚ ਬਾਹਲਾ ਨਹੀਂ ਹੈਗਾ। ਬੇਸ਼ੱਕ ਕਿ ਸਰਕਾਰਾਂ ਜਿਹੜੀਆਂ ਵੀ ਹੁਣ ਬਣੀਆਂ ਬਾਦਲਾਂ ਦਾ ਬੇੜਾ ਗਰਕ ਹੋਣ ਤੋਂ ਬਾਅਦ, ਭਾਵੇਂ ਉਹ ਕਾਂਗਰਸ ਆਈ ਭਾਵੇਂ ਉਹ ਝਾੜੂ ਵਾਲੇ ਆਏ, ਇਹ ਕਹਿ ਕੇ ਆਏ ਵੀ ਅਸੀਂ ਬੇਅਦਬੀ ਦਾ ਇਨਸਾਫ ਜਿਹੜਾ ਵਾ ਉਹ ਕਰਾਂਗੇ, ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜਾਂਗੇ, ਜਾਂ ਜੇ ਗਾਂਹ ਕੋ ਭਵਿੱਖ ਦੇ ਵਿੱਚ ਬੇਅਦਬੀ ਕਰਦਾ ਉਹਦੇ ਵਾਸਤੇ ਸਖਤ ਕਾਨੂੰਨ ਬਣਾਵਾਂਗੇ। ਪਰ ਸਭ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ, ਕਿਸੇ ਨੇ ਵੀ ਕੋਈ ਸਖਤ ਜਿਹੜਾ ਇਹਦੇ ਵਾਸਤੇ ਐਦਾ ਨਹੀਂ ਕੀਤਾ, ਕਿਸੇ ਵੀ ਸਰਕਾਰ ਨੇ ਕਿਸੇ ਵੀ ਮੰਤਰੀ ਨੇ ਸੰਤਰੀ ਨੇ ਇਹਦੇ ਉੱਤੇ ਜਿਹੜਾ ਰਿਐਕਟ ਨਹੀਂ ਕੀਤਾ ਅਤੇ ਨਾ ਹੀ ਕੋਈ ਇੱਦਾਂ ਦਾ ਉਹਨਾਂ ਨੇ ਕੋਈ ਸਖਤ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਹਾਂ, ਆਪਣੇ ਪੱਧਰ ਦੇ ਉੱਤੇ ਜਿਹੜਾ ਵਾ ਉਹ ਗੁਰੂ ਦੇ ਸਿੱਖਾਂ ਨੇ, ਗੁਰੂ ਦੇ ਲਾਲਾਂ ਨੇ ਜਿੱਥੇ ਕਿਤੇ ਹੋ ਸਕਿਆ, ਮਹਾਰਾਜ ਨੇ ਜਿੱਥੇ ਕਿਤੇ ਸੇਵਾ ਲਈ, ਆਪਣੇ ਪੱਧਰ 'ਤੇ ਜ਼ਰੂਰ ਦੁਸ਼ਟਾਂ ਦਾ ਸੋਧਾ ਲੱਗਦਾ ਰਿਹਾ, ਲੱਗਦਾ ਰਹੂਗਾ। ਇਹ ਤਾਂ ਚਲੋ ਇੱਕ ਵਿਸ਼ਾ ਵੱਖਰਾ, ਜਿਹੜਾ ਗੁਰੂ ਦਾ ਸਿੱਖ ਹੈ ਸੱਚਾ ਉਹ ਗੁਰੂ ਦੀ ਨਿੰਦਾ ਨਹੀਂ ਸੁਣਦਾ, ਅਤੇ ਇੱਥੇ ਤਾਂ ਨਿੰਦਾ ਦੀ ਛੱਡੋ ਤਾਂ ਬੇਅਦਬੀਆਂ ਹੋ ਰਹੀਆਂ ਨੇ, ਸ਼ਰੇਆਮ ਹੋ ਰਹੀਆਂ ਨੇ ਥਾਂ ਥਾਂ 'ਤੇ ਹੋ ਰਹੀਆਂ ਨੇ। ਪਰ ਮੈਂ ਇੱਕ ਚੀਜ਼ ਦੇਖੀ ਆ 2015 ਤੋਂ ਲੈ ਕੇ, ਖਾਸ ਕਰਕੇ ਜਦੋਂ ਬਹਿਬਲ ਕਲਾਂ ਬਰਗਾੜੀ ਕਾਂਡ ਹੁੰਦਾ ਉਦੋਂ ਤੋਂ ਲੈ ਕੇ ਹੁਣ ਤੱਕ, ਬੇਅਦਬੀ ਦੇ ਉੱਤੇ ਸਿਰਫ ਅਤੇ ਸਿਰਫ ਸਿਆਸਤ ਹੋਈ ਆ, ਭਾਵੇਂ ਉਹ ਸਿਆਸਤ ਕੀਤੀ ਆ ਸਿਆਸੀ ਪਾਰਟੀਆਂ ਨੇ, ਸਿਆਸੀ ਲੋਕਾਂ ਨੇ, ਭਾਵੇਂ ਉਹ ਸਿਆਸਤ ਕੀਤੀ ਆ ਧਾਰਮਿਕ ਲੀਡਰਾਂ ਨੇ, ਨਿੱਜੀ ਮੁਫਾਦਾਂ ਦੀ ਖਾਤਰ, ਆਪਣਿਆਂ ਦੀ ਖਾਤਰ,
ਆਪਣੇ ਮਫਾਦ ਪੂਰੇ ਕੀਤੇ ਨੇ। ਬੇਅਦਬੀ ਦੀ ਆੜ ਦੇ ਵਿੱਚ ਬੇਅਦਬੀ ਨੂੰ ਇੱਕ ਮੁੱਦਾ ਬਣਾ ਕੇ ਪੇਸ਼ ਕੀਤਾ ਗਿਆ, ਨਾ ਕਿ ਉਹਦਾ ਹੱਲ ਕਰਨ ਦੇ ਲਈ ਕੋਈ ਠੋਸ ਕਦਮ ਚੱਕੇ ਗਏ, ਨਾ ਸੰਜੀਦਾ ਹੋ ਕੇ ਕੋਈ ਉਹਦਾ ਹੱਲ ਕੀਤਾ ਗਿਆ। ਇਹ ਕੌੜਾ ਸੱਚ ਆ ਜਿਹੜਾ ਸਾਨੂੰ ਮੰਨਣਾ ਪਊਗਾ। ਕੋਈ ਮੁਨਕਰੇ ਤੋਂ ਹੁੰਦਾ ਅਤੇ 100 ਵਾਰੀ ਹੋ ਜਾਵੇ, ਪਰ ਮਹਾਰਾਜ ਤਾਂ ਦੇਖ ਰਹੇ ਨੇ, ਜਾਣੀ ਜਾਣ ਨੇ, ਅਤੇ ਅਸੀਂ ਤਾਂ ਕਿਉਂਕਿ ਹੰਢਾਇਆ ਹੱਡੀ ਸਾਰਾ ਕੁਛ ਦੇਖਿਆ ਵੀ ਕਿੱਦਾਂ ਸਾਡੇ ਬੰਦਿਆਂ ਨੇ ਸਿਰਫ ਅਤੇ ਸਿਰਫ ਬੇਅਦਬੀ ਦੇ ਉੱਤੇ ਸਿਆਸਤਾਂ ਕੀਤੀਆਂ ਨੇ। ਕਿਸੇ ਨੇ ਵੀ ਸੀਰੀਅਸ ਹੋ ਕੇ ਐਦ ਨਹੀਂ ਕੀਤਾ ਵੀ ਅਸੀਂ ਇਹਦੇ ਉੱਤੇ ਸਟੈਂਡ ਲੈ ਕੇ ਅਤੇ ਕੁਛ ਕਰਨਾ। ਜਿਹੜੇ ਬੰਦਿਆਂ ਨੇ ਕੀਤਾ, ਥੋੜ੍ਹੇ ਬਹੁਤਿਆਂ ਨੇ, ਉਹਨਾਂ ਨੂੰ ਚੱਕ ਕੇ ਬੈਕਫੁੱਟ 'ਤੇ ਸੁੱਟ ਦਿੱਤਾ ਗਿਆ, ਉਹਨਾਂ ਨੂੰ ਅੱਗੇ ਨਾ ਲੱਗਣ ਦਿੱਤਾ ਗਿਆ ਅਤੇ ਨਾ ਉਹਨਾਂ ਦਾ ਕਿਸੇ ਨੇ ਸਾਥ ਦਿੱਤਾ। ਇਸ ਕਰਕੇ ਉਹ ਜਿੰਨੇ ਕੁ ਯੋਗੇ ਸੀਗੇ, ਜਿੰਨਾ ਕੁ ਮਾੜਾ ਮੋੜ ਕਰ ਸਕਦੇ ਸੀ ਉਹਨਾਂ ਨੇ ਕੀਤਾ, ਪਰ ਉਹਨਾਂ ਦੀ ਕੋਈ ਸੁਣਵਾਈ ਉਹ ਨਹੀਂ ਹੋਈ। ਜਦੋਂ ਕਿਸੇ ਬੰਨੇ ਗੱਲ ਹੀ ਨਹੀਂ ਚੱਲੀ, ਗੱਲ ਬਣੀ ਨਹੀਂ, ਅਤੇ ਉਹ ਸੰਗਤ ਜੀ ਫਿਰ ਆਪਣਾ ਬਹਿ ਕੇ ਆਰਾਮ ਨਾਲ, ਜਾਂ ਜਿਹੜੇ ਕੋਈ ਮਾੜੀ ਮੋੜ ਲੜਾਈ ਹੁਣ ਤੱਕ ਲੜਨ ਯੋਗੇ ਹੁੰਦੇ ਹੈਗੇ ਨੇ, ਉਹ ਲੜ ਰਹੇ ਨੇ। ਹੁਣ ਗੱਲ ਇੱਥੇ ਇਹ ਆ ਵੀ ਜਿਹੜੀ ਕਮੇਟੀ ਦੇ ਵੱਲੋਂ ਇਹ ਕਰਤੂਤ ਕੀਤੀ ਗਈ ਐਡੀ ਵੱਡੀ, ਐਡਾ ਵੱਡਾ ਪਾਪ ਦੇ ਉਹ ਭਾਗੀਦਾਰ ਬਣੇ ਕਿ ਉਹ ਆਪਣੇ ਆਪ ਨੂੰ ਇਹ ਲੋਕ ਸਿੱਖ ਕਮਾਉਂਦੇ ਨੇ, ਪ੍ਰਬੰਧਕ ਕਮੇਟੀਆਂ ਬਣਾਈਆਂ ਇਹਨਾਂ ਨੇ ਗੁਰੂ ਘਰ ਦੀਆਂ, ਇਹ ਲੋਕ ਇਹੋ ਜਿਹੇ ਲੋਕ ਪ੍ਰਬੰਧ ਸਾਂਭਣਗੇ ਜੀ ਗੁਰੂ ਘਰਾਂ ਦਾ? ਤੁਸੀਂ ਆਪੇ ਹਿਸਾਬ ਲਾ ਲਓ ਵੀ ਕਿੱਥੇ ਗੱਲ ਜਾਊਗੀ। ਜੇ ਇੱਦਾਂ ਦੀ ਵਿਚਾਰਧਾਰਾ ਦੇ ਲੋਕ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਪ੍ਰਬੰਧ ਸਾਂਭਣਗੇ, ਗੁਰੂ ਘਰਾਂ ਦਾ ਪ੍ਰਬੰਧ ਸਾਂਭਣਗੇ, ਵੀ ਜਿੱਥੇ ਇੱਕ ਬੇਅਦਬੀ ਹੋ ਜਾਵੇ, ਇੱਡੀ ਵੱਡੀ ਗੱਲ ਹੋ ਜੇ, ਜਿਹੜੀ ਕਮੇਟੀ ਆ ਉਹ ਮਸਲੇ ਨੂੰ ਦਬਾ ਦੇਵੇ ਅਤੇ ਗ੍ਰੰਥੀ ਵੀ ਨਾਲ ਉਹਦੇ ਨਾਲ ਇਨਵੋਲਵ ਹੋਵੇ। ਇੱਥੇ ਅਸੀਂ ਲੜਾਈਆਂ ਲੜਦੇ ਹਾਂ ਗ੍ਰੰਥੀ ਸਿੰਘਾਂ ਦੀਆਂ ਵੀ ਯਾਰ ਗ੍ਰੰਥ ਸਿੰਘਾਂ ਦੀ ਤਨਖਾਹ ਚੰਗੀ ਹੋਵੇ, ਗ੍ਰੰਥੀਆਂ ਦਾ ਨਿਰਵਾਹ ਨਹੀਂ ਹੁੰਦਾ, ਉਹਨਾਂ ਨੂੰ ਚੰਗਾ ਜਿਹੜਾ ਵਾ ਉਹ ਸਿਸਟਮ ਕ੍ਰੀਏਟ ਕੀਤਾ ਜਾਵੇ, ਇੱਕ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਦੀ ਵਜ਼ੀਰਾਂ ਦੀ ਜਿਹੜੀ ਆਰਥਿਕ ਹਾਲਤ ਆ ਉਹ ਚੰਗੀ ਕੀਤੀ ਜਾਵੇ। ਇੱਕ ਬੰਨੇ ਦਾ ਲੜਾਈ ਲੜਦੇ ਹਾਂ ਆਪਾਂ ਲੋਕ ਸਾਰੇ ਉਹਨਾਂ ਵਾਸਤੇ, ਗ੍ਰੰਥੀ ਸਿੰਘਾਂ ਵਾਸਤੇ, ਦੂਜੇ ਬੰਨੇ ਸਾਡੇ ਗ੍ਰੰਥੀ ਸਿੰਘ ਇੱਦਾਂ ਦੇ ਵੀ ਹੈਗੇ ਨੇ ਜਿਹੜੇ ਕਮੇਟੀਆਂ ਨਾਲ ਮਿਲ ਕੇ ਦੇ ਜਾਂ ਪਾਪ ਕਮਾਉਂਦੇ ਨੇ ਕਿ ਗੁਰੂ ਦੀ ਹੋਈ ਹੋਵੇ ਬੇਅਦਬੀ ਅਤੇ ਉਹਨੂੰ ਮਸਲੇ ਨੂੰ ਦਬਾ ਦੇਣ, ਲੁਕਾ ਲੈਣ ਇਸ ਚੀਜ਼ ਨੂੰ ਵੀ ਕਿਸੇ ਨੂੰ ਪਤਾ ਨਾ ਲੱਗ ਜੇ। ਦੱਸੋ ਕਿੱਥੇ ਸਟੈਂਡ ਕਰਦੇ ਹਾਂ ਅਸੀਂ, ਕਿਹੜੀ ਸਿੱਖੀ ਦੀ ਗੱਲ ਕਰਦੇ? ਮੈਂ ਵੀ ਤੁਹਾਡੇ 'ਚ ਹੀ ਆਉਣਾ ਕਿ ਆਪਾਂ ਗੱਲਾਂ ਹੀ ਬਸ ਕਰਨ ਜੋਗੇ ਰਹਿ ਗਏ ਹਾਂ, ਗੱਲਾਂ ਕਰ ਲਈਆਂ, ਠੀਕ ਆ, ਰੌਲਾ ਪਾ ਲਿਆ 4 ਦਿਨ। ਹੁਣ ਤਾਂ ਪਹਿਲੀ ਗੱਲ ਇਹ ਹੈ ਜਦੋਂ ਕਿਤੇ ਬੇਅਦਬੀ ਹੁੰਦੀ ਆ ਹੁਣ ਤਾਂ ਕਿਸੇ ਨੂੰ ਫਰਕ ਹੀ ਨਹੀਂ ਪੈਂਦਾ, ਅੱਗੇ ਤਾਂ ਚਲੋ ਫਿਰ ਵੀ 4 ਸਰੀਰ ਉੱਠਦੇ ਸੀਗੇ ਅਤੇ ਉੱਠ ਕੇ ਜਾ ਕੇ ਅਤੇ ਕੋਈ ਪ੍ਰੋਟੈਸਟ ਕਰਦੇ ਸੀ, ਕੋਈ ਗੱਲਬਾਤ ਕਰਦੇ ਸੀ, ਕੋਈ ਹੱਲ ਹੀਲਾ ਕੱਢਣ ਦੀ ਗੱਲ ਹੁੰਦੀ ਸੀ। ਹੁਣ ਤਾਂ ਕਿਸੇ ਨੂੰ ਫਰਕ ਹੀ ਨਹੀਂ ਪੈਂਦਾ। ਹੁਣ ਤਾਂ ਮੈਂ ਉਦੋਂ ਦੇਖਿਆ ਵੀ ਜੰਡਿਆਲੇ ਜਿਹੜੀ ਬੇਅਦਬੀ ਹੋਈ ਆ, ਦੂਰੋਂ ਸਿੱਖ ਜਿਹੜੇ ਨੇ ਉਹ ਗਏ ਨੇ, ਦਵਿੰਦਰ ਸਿੰਘ ਹੁਣੀ ਸਤਿਕਾਰ ਕਮੇਟੀ ਵਾਲੇ ਸਿੰਘ ਜਾਂ ਹੋਰ ਸਿੰਘ ਗਏ ਨੇ, ਦੂਰੋਂ ਚੱਲ ਕੇ ਚਲ ਗਏ ਨੇ, ਅਤੇ ਲਾਗੋਂ ਲਾਗੋਂ ਉੱਥੋਂ ਮੈਂ ਦੇਖਿਆ ਵੀ ਕੋਈ ਜਿਹੜੇ ਲਾਗੇ ਲਾਗੇ ਜਿੰਨੀਆਂ ਵੀ ਜਥੇਬੰਦੀਆਂ ਉੱਥੇ ਸੰਸਥਾਵਾਂ ਬਹੁਤ ਕੁਛ ਹੈਗਾ, ਕੋਈ ਨਹੀਂ ਉੱਥੇ ਬੌੜਿਆ, ਕੋਈ ਨਹੀਂ ਆਇਆ ਉੱਥੇ। ਖਵਾਉਂਦੇ ਆਪਾਂ ਆਪਣੇ ਆਪ ਨੂੰ ਗੁਰਦੇ ਸਿੱਖ ਹਾਂ, ਸੇ ਗੁਰੂ ਦੇ ਵਾਸਤੇ ਸਾਡੇ ਮਨ ਸਤਿਕਾਰ ਨਹੀਂ ਹੈਗਾ, ਇਹ ਭੈ ਨਹੀਂ ਹੈਗਾ, ਗੁਰੂ ਵਾਸਤੇ ਸਾਡੇ ਕੋਲ ਸਮਾਂ ਨਹੀਂ ਹੈਗਾ, ਅਤੇ ਫਿਰ ਕਾਹਦੀਆਂ ਗੱਲਾਂ ਆਪਾਂ ਕਰਦੇ ਹਾਂ ਅਤੇ ਕਾਹਦੀਆਂ ਆਪਣੇ ਆਪ ਨੂੰ ਸਿੱਖ ਕਮਾਉਂਦੇ ਹਾਂ? ਤਾਂ ਫਿਰ ਪੱਗਾਂ 'ਚ ਸਿਰ ਪਸਾਉਣ ਵਾਲੀ ਗੱਲ ਹੀ ਆ ਵੀ ਪੱਗਾਂ 'ਚ ਸਿਰ ਪਸਾਏ ਨੇ ਅਸੀਂ, ਅਤੇ ਵਿਖਾਵੇ ਦੇ ਅਸੀਂ ਸਿੱਖ ਹਾਂ, ਵਿਖਾਵੇ ਦੇ ਲੀਡਰ ਬਣੇ ਫਿਰਦੇ ਹਾਂ। ਜੇ ਗੁਰੂ ਦੇ ਹੱਕ ਗੁਰੂ ਵਾਸਤੇ ਨਹੀਂ ਬੋਲ ਸਕਦੇ, ਗੁਰੂ ਦੀ ਬੇਅਦਬੀ ਦੇ ਉੱਤੇ ਨਹੀਂ ਗੱਲ ਕਰ ਸਕਦੇ, ਕੋਈ ਠੋਸ ਪ੍ਰੋਗਰਾਮ ਨਹੀਂ ਕਰ ਦੇ ਸਕਦੇ, ਜੇ ਸਰਕਾਰਾਂ ਜਿਨ੍ਹਾਂ ਨੂੰ ਚੁਣਿਆ ਲੋਕਾਂ ਨੇ ਬਣਾਇਆ ਚੋਣਾਂ ਕਰਕੇ, ਉਹਨਾਂ ਨੂੰ ਸਵਾਲ ਨਹੀਂ ਕਰ ਸਕਦੇ ਵੀ ਤੁਸੀਂ ਭਾਈ ਜਦੋਂ ਇਲੈਕਸ਼ਨਾਂ ਦੇ ਵਿੱਚ ਵੋਟਾਂ ਲੈਣੀਆਂ ਸੀਗੀਆਂ ਉਦੋਂ ਕਹਿੰਦੇ ਸੀ ਵੀ 24 ਘੰਟਿਆਂ 'ਚ ਇਨਸਾਫ ਦੇਵਾਂਗੇ ਬੇਅਦਬੀ ਦਾ, ਅਤੇ ਹੁਣ ਮੂੰਹ 'ਚ ਘੁੰਗੜੀਆਂ ਪਾਈਆਂ ਹੋਈਆਂ ਨੇ, ਹੁਣ ਕਿਉਂ ਨਹੀਂ ਬੋਲਦੇ, ਹੁਣ ਕਿਉਂ ਨਹੀਂ ਹੱਲ ਕਰਦੇ? ਅਤੇ ਜਿਨ੍ਹਾਂ ਲੋਕਾਂ ਨੇ
ਚੁਣਿਆ, ਜਿਹਨਾਂ ਲੋਕਾਂ ਨੇ ਬਣਾਇਆ, ਉਹ ਵੀ ਤਾਂ ਸਿੱਖ ਹੀ ਨੇ ਗੁਰੂ ਦੇ। ਕੀ ਉਹਨਾਂ ਦਾ ਫਰਜ਼ ਨਹੀਂ ਬਣਦਾ ਵੀ ਉਹ ਸਵਾਲ ਕਰਨ ਆਪਣੀ ਸਰਕਾਰ ਨੂੰ ਕਿ ਦੱਸੋ ਸਰਕਾਰ ਜੀ ਆਹ ਤੁਸੀਂ ਕੰਮ ਜਿਹੜੇ ਡਿਵੈਲਪਮੈਂਟ ਦੇ ਕਰਨੇ ਨੇ ਜੇ ਕਰਨੇ ਨੇ, ਤੁਹਾਡਾ ਕੰਮ ਫਰਜ਼ ਆ ਤੁਹਾਡਾ, ਤੁਸੀਂ ਕਰਨੇ ਹੀ ਹੈ, ਪਰ ਜਿਹੜੇ ਕਰਨ ਵਾਲੇ ਮੁੱਦੇ ਨੇ ਉਹਨਾਂ ਮੁੱਦਿਆਂ ਦੇ ਉੱਤੇ ਤੁਸੀਂ ਕਿਉਂ ਨਹੀਂ ਇਸ ਕੰਮ ਕਰਦੇ ਜਿਹੜੇ ਮਸਲੇ ਕਰਨ ਵਾਲੇ ਨੇ। ਸੋ ਰਹੋ ਵਿਚਾਰ, ਇਹ ਸਿਆਸੀ ਗੱਲਾਂ ਨੇ ਵੈਸੇ ਤਾਂ, ਪਰ ਮੈਨੂੰ ਇਹ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਜਿਹੜਾ ਵਾ ਉਹ ਆਉਣ। ਜੇਕਰ ਭਾਈ ਅਮਰਪਾਲ ਸਿੰਘ ਖਾਲਸਾ ਬੰਦ ਦੇ ਖਿਲਾਫ਼, ਹਾਂ ਬਸ 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 ਬਿਲਕੁਲ 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 ਜੀ, ਭਾਈ ਅਮਰਪਾਲ ਸਿੰਘ ਖਾਲਸਾ ਬਾਹਰ ਆਉਂਦੇ, ਹੁਣ ਵੀ ਤਾਂ ਬੋਲੀ ਜਾਂਦੇ ਨੇ ਉਹਦੇ ਖਿਲਾਫ਼, ਹੁਣ ਕਿਹੜਾ ਬੋਲਦੇ ਨਹੀਂ, ਹੁਣ ਤਾਂ ਉਹ ਅੰਦਰ ਆ ਵਿਚਾਰਾ, ਤਾਂ ਵੀ ਬੋਲੀ ਜਾਂਦੇ ਉਹਦੇ ਖਿਲਾਫ਼। ਸੋ ਉਹ ਚਲੋ ਬੋਲੀ ਜਾਣ ਜੀ, ਉਹ ਕੋਈ ਫਰਕ ਨਹੀਂ ਪੈਂਦਾ, ਮੈਨੂੰ ਲੱਗਦਾ ਵੀ ਕਿਸੇ ਨੂੰ ਜਵਾਬ ਦੇਣ ਦੀ ਲੋੜ ਨਹੀਂ ਹੈਗੀ, ਸਮਾਂ ਫੈਸਲਾ ਕਰੂਗਾ, ਸਮੇਂ ਦੇ ਗਰਭ ਵਿੱਚ ਬਹੁਤ ਕੁਛ ਲੁਕਿਆ ਹੁੰਦਾ, ਜਦੋਂ ਭਾਊ ਬਾਹਰ ਆਜੂਗਾ ਉਦੋਂ ਆਪੇ ਕੋਈ ਨਾ ਕੋਈ ਸਾਹਮਣੇ ਖੇਡਾਂ ਵਾਲੀ ਜਿਹਨੇ ਸਾਰੇ ਸਾਰੀਆਂ, ਕਿਸੇ ਨੇ ਮੇਰੇ ਬੋਲਣ ਵਾਲਿਆਂ ਨੇ ਬੋਲੀ ਜਾਣਾ, ਵਿਰੋਧ ਕਰਨ ਲਿਆ ਕਰੀ ਜਾਣਾ, ਵਿਰੋਧ ਤਾਂ ਇੱਥੇ ਹੁਣ ਤੱਕ ਸੰਤਾਂ ਦਾ ਵੀ ਲੋਕ ਕਰਦੇ ਰਹੇ ਨੇ, ਹੁਣ ਵੀ ਕਰੀ ਜਾਂਦੇ ਨੇ, ਅਤੇ ਫਿਰ ਆਪਾਂ ਲੋਕ ਜਾਂ ਤੁਹਾਡੇ ਮੇਰੇ ਅੱਗੇ ਜਾਂ ਅੰਮ੍ਰਿਤਪਾਲ ਸਿੰਘ ਵਰਗੇ ਤਾਂ ਆਮ ਜੇ ਸਿੱਖ ਹਾਂ, ਗੁਰੂ ਦੇ ਸੰਤਾਂ ਮਹਾਂਪੁਰਖਾਂ ਦੇ ਚਰਨਾਂ ਦੀ ਤੂੜ ਹਾਂ, ਅਤੇ ਆਪਾਂ ਲੋਕਾਂ ਦਾ ਵਿਰੋਧ ਜਿਹੜਾ ਵਾ ਉਹ ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ। ਸੋ ਪਰ ਗੱਲ ਇਹ ਜ਼ਰੂਰੀ ਹੈ ਕਰਨ ਵਾਲੀ ਵੀ ਇਸ ਵੇਲੇ ਸਾਨੂੰ ਸਾਡੀ ਜਿਹੜੀ ਮਾਨਸਿਕਤਾ ਉਹ ਚੇਂਜ ਕਰਨੀ ਪਊਗੀ, ਸਾਡੀ ਮਾਨਸਿਕਤਾ ਉਹ ਬੜੀ ਹੀਣੀ ਅਤੇ ਛੋਟੀ ਹੋ ਗਈ ਆ, ਅਤੇ ਅਸੀਂ ਲਾਪਰਵਾਹ ਅਤੇ ਬੇਪਰਵਾਹ ਹੋ ਗਏ ਹਾਂ, ਇਹਦੇ ਕਰਕੇ ਜਿਹੜਾ ਵਾ ਉਹ ਸਾਡੇ ਥਾਂ ਥਾਂ 'ਤੇ ਇਸ਼ਟ ਦੀ ਬੇਅਦਬੀ ਹੋ ਰਹੀ ਹੈ, ਅਤੇ ਅਸੀਂ ਲੋਕ ਜਿਹੜੇ ਆ ਉਹ ਚੁੱਪ ਕਰਕੇ ਸਿਰ ਦੇ ਕੇ ਅਜਿਹੀਆਂ ਸੁੱਤੇ ਹਾਂ, ਸਾਨੂੰ ਪਤਾ ਲੱਗਦਾ ਨਹੀਂ, ਅਸੀਂ ਪਤਾ ਲੱਗਦਾ ਵੀ ਆ ਅਤੇ ਅਸੀਂ ਜਾਗਦੇ ਨਹੀਂ, ਹੋਕਾ ਦਿੰਦਾ ਵੀ ਹੈ ਗੁਰੂ, ਆਵਾਜ਼ ਆਉਂਦੀ ਵੀ ਆ, ਸੁਣਦੀ ਵੀ ਆ ਕੰਨ 'ਚ, ਪਰ ਕੰਨ ਬੰਦ ਕਰਕੇ ਫਿਰ ਪੈ ਜਾਂਦੇ ਹਾਂ ਵੀ ਸਾਨੂੰ ਕੀ ਲੱਗੇ, ਪਰ ਇਹ ਨਾ ਕਰੀਏ, ਜਿੰਨੇ ਕੁ ਜੋਗੇ ਹਾਂ, ਜਿੰਨਾ ਕਰ ਸਕਦੇ ਹਾਂ, ਜਿੰਨਾ ਕੁ ਬੋਲ ਸਕਦੇ ਹਾਂ, ਉਹ ਜ਼ਰੂਰ ਜਿਹੜਾ ਵਾ ਉਹ ਕੀਤਾ ਜਾਵੇ। ਕੰਗੜਾ ਨੇ ਫਿਲਮ ਬਣਾਈ ਹੈ, ਸੰਤਾਂ ਦੀ ਕਿਰਦਾਰ ਕੁਛ ਕਰ ਰਹੀ ਹੈ, ਉਹ ਮਹਾਰਾਜ ਜੀ ਕਦੋਂ ਪਹਿਲੀ ਵਾਰੀ ਥੋੜ੍ਹੀ ਹੋਇਆ ਕੁਛ, ਉਹ ਤਾਂ ਅਗਲੇ ਦੱਸਿਆ ਤੁਹਾਨੂੰ ਵੀ ਉਹ ਤਾਂ ਹਰ ਹੀਲਾ ਵਰਤਦੇ ਨੇ ਵੀ ਕਿਵੇਂ ਤੁਹਾਨੂੰ ਢਾਹ ਲਾਉਣੀ ਆ, ਕਿੱਦਾਂ ਤੁਹਾਨੂੰ ਬਦਨਾਮ ਕਰਨਾ, ਕਿੰਨੇ ਕਰ ਰਹੀਆਂ ਕਾਰਵਾਈ ਦੱਸੋ ਮੈਨੂੰ, ਇਹ ਜਿਹੜੀਆਂ ਸਾਡੀਆਂ ਸਰਮੌਰ ਸੰਸਥਾਵਾਂ ਨੇ ਇਹ ਤਾਂ ਇਹਨਾਂ ਦੇ ਕੰਮ ਨੇ, ਤੁਹਾਡੇ ਮਿਲ ਕੇ ਥੋੜ੍ਹੀ ਸੁਣਵਾਈ ਹੋਣੀ ਆ ਉੱਥੇ, ਵੀ ਜਾਂ ਤੁਹਾਡੇ ਮਿਲ ਕੇ ਸੁਣਵਾਈ ਹੋ ਜਾਣੀ ਉੱਥੇ, ਵੀ ਆਪਾਂ ਜਾ ਕੇ ਕਹਾਂ ਪ੍ਰੋਟੈਸਟ ਕਰਾਂਗੇ, ਵੱਧ ਤੋਂ ਵੱਧ ਕੀ ਕਰਾਂਗੇ, ਫਿਲਮ ਨਾ ਲੱਗਣ ਦੇਵਾਂਗੇ ਪੰਜਾਬ ਦੇ ਵਿੱਚ, ਇਹੀ ਕਰਾਂਗੇ ਨਾ। ਪਰ ਗੱਲ ਤਾਂ ਇੱਥੇ ਕਰਨ ਵਾਲੀ ਹੈ ਵੀ ਜਿਹੜੀਆਂ ਸਾਡੀਆਂ ਸਰਮੌਰ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਕੀ ਇਹਨਾਂ ਦਾ ਫਰਜ਼ ਨਹੀਂ ਬਣਦਾ ਵੀ ਜੇਕਰ ਕੋਈ ਸੰਤਾਂ ਦੀ ਕਿਰਦਾਰ ਕੁਛ ਨਹੀਂ, ਤੁਸੀਂ ਗੱਲ ਜਿਵੇਂ ਕਰ ਰਹੇ ਹੋ ਮੈਨੂੰ ਪਤਾ ਤਾਂ ਨਹੀਂ ਵੈਸੇ, ਪਰ ਜੇ ਅਸੀਂ ਕਹਿ ਰਹੇ ਹੋ ਕਿ ਬਣੀ ਬਣ ਰਹੀ ਹੋਊਗੀ ਜਾਂ ਬਣੀ ਹੋਊਗੀ, ਅਤੇ ਇਹਦੇ ਵਾਸਤੇ ਤਾਂ ਸੰਸਥਾ ਨੂੰ ਚਾਹੀਦਾ ਸਾਡੀ ਨੂੰ ਸਰਮੌਰ ਨੂੰ ਵੀ ਠੋਸ ਕਦਮ ਜਿਹੜੇ ਚੱਕੇ ਜਾਣ 'ਤੇ ਪਹਿਲਾਂ ਹੀ ਗੱਲ ਕਰਕੇ ਅਤੇ ਉਹ ਫਿਲਮ ਜਿਹੜੀ ਆ ਉਹ ਬੈਨ ਕਰਾਈ ਜਾਵੇ ਤਾਂ ਨਾ ਬਣੀ, ਬਾਅਦ 'ਚ ਤਾਂ ਆਪਣੀਆਂ ਭਾਵਨਾਵਾਂ ਭੜਕਣੀਆਂ ਹੈ ਨਾ, ਬਾਅਦ 'ਚ ਆਪਾਂ ਸਿਨੇਮੇ ਬੰਦ ਕਰਵਾਉਂਦੇ ਫਿਰਾਂਗੇ, ਜੇ ਪਹਿਲਾਂ ਹੀ ਇਹਦੇ 'ਤੇ ਐਕਸ਼ਨ ਲੈ ਲਿਆ ਜਾਵੇ ਜੇਕਰ ਇਹ ਗੱਲ ਸਾਹਮਣੇ ਆਈ ਆ ਤਾਂ। ਅੱਜ ਕੱਲ੍ਹ ਸੋਸ਼ਲ ਮੀਡੀਆ ਵਾ, ਅੱਜ ਕੱਲ੍ਹ ਤਾਂ ਹਰ ਗੱਲ ਜਿਹੜੀ ਜਨਤਕ ਹੋ ਜਾਂਦੀ ਆ। ਸੋ ਰਹੋ ਵਿਚਾਰ, ਬਸ ਇਹੀ ਬੇਨਤੀਆਂ ਜਿਹੜੀ ਤੁਹਾਨੂੰ ਕੀਤੀਆਂ, ਮਾਧੇ ਅੱਗੇ ਜਿਵੇਂ ਹੁਕਮ ਕਰਦੇ ਨੇ ਰਲ ਮਿਲ ਕੇ ਸੇਵਾ ਕਰੀਏ, ਮਹਾਰਾਜ ਕਿਰਪਾ ਕਰਨ, ਸਾਰਿਆਂ ਦੀ ਚੜ੍ਹਦੀ ਕਲਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।